ਇਸ ਪੰਪ ਨੂੰ ਬਣਾਉਣ ਲਈ ਤੁਹਾਨੂੰ ਇੱਕ ਮੋਟੀ ਸਟਰॉ, ਇੱਕ ਸਾਈਕਲ ਦੇ ਕੱਜ, ਧਾਗਾ, ਦੋ ਮੋਤੀ, ਸਟੀਲ ਦੀ ਗੇਂਦ ਅਤੇ ਸਮਾਨ ਦੀ ਲੋੜ ਪਵੇਗੀ। ਗੱਜ ਦੇ ਇੱਕ ਕੋਨੇ ਤੇ ਧਾਗਾ ਬੰਨ ਕੇ ਉਸ ਨੂੰ ਪਿਸਟਨ ਬਣਾ ਲਵੋ। ਡਿਲੀਵਰੀ ਪੋਰਟ ਲਈ ਇੱਕ 1/3 ਉਚਾਈ ਤੇ ਇੱਕ ਛੋਟੀ ਜਿਹੀ ਮੋਰੀ ਘਟੋ। ਸਟਰॉ ਦੇ ਤੱਲੇ ਤੇ ਇੱਕ ਮੋਤੀ ਜੋੜ ਦਿਓ। ਜੋੜਨ ਤੋਂ ਬਾਅਦ ਤੁਹਾਨੂੰ ਮੋਤੀ ਵਿੱਚ ਮੋਰੀ ਵੇਖਣ ਯੋਗ ਹੋਣੀ ਚਾਹੀਦੀ ਹੈ। ਮੋਟੀ ਸਟਰੋ ਦੇ ਵਿੱਚ ਇੱਕ ਮੋਟੀ ਸਟੀਲ ਦੀ ਗੇਨ ਸੁੱਟੋ ਫਿਰ ਪਿਸਟਨ ਸਾਈਕਲ ਦੇ ਕੱਜ ਅਤੇ ਕਨੈਕਟਿੰਗ ਰੋਡ ਵਿੱਚ ਪਾ ਦਿਓ ਅੰਤ ਵਿੱਚ ਇੱਕ ਹੋਰ ਮੋਤੀ ਪਾਓ ਇਹ ਪੰਪ ਨੂੰ ਪੂਰਾ ਕਰੇਗਾ ਪਾਣੀ ਦੇ ਗਲਾਸ ਵਿੱਚ ਪੰਪ ਨੂੰ ਸਿੱਧਾ ਰੱਖੋ ਇੱਕ ਹੱਥ ਨਾਲ ਸਟਰੋ ਨੂੰ ਫੜੋ ਅਤੇ ਦੂਜੇ ਹੱਥ ਨਾਲ ਸਾਈਕਲ ਦੇ ਕੱਜ ਨੂੰ ਉੱਪਰ ਥੱਲੇ ਹਿਲਾਓ ਇਸ ਨਾਲ ਪਾਣੀ ਬਾਹਰ ਆ ਜਾਵੇਗਾ